ਜਿੱਥੇ ਹੈਦਰਾਬਾਦ ਗੈਂਗਰੇਪ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ, ਉੱਥੇ ਹੀ ਭਾਰਤੀ ਸੰਸਦ ਦੀਆਂ ਕੰਧਾਂ ਵੀ ਹਿੱਲ ਗਈਆਂ ਨੇ। ਚਾਹੇ ਕਿ ਇਹ ਮੁੱਦਾ ਕੁਝ ਕੁ ਸਿਆਸਤਦਾਨਾਂ ਲਈ ਸਿਰਫ ਇੱਕ ਮੁੱਦਾ ਹੀ ਹੈ, ਪਰ ਉੱਥੇ ਹੀ ਮਹਿਲਾ ਸਿਆਸਤਦਾਨ ਸਮ੍ਰਿਤੀ ਇਰਾਨੀ ਲਈ ਇਹ ਸਿਰਫ ਇੱਕ ਮੁੱਦਾ ਨਹੀਂ ਸੀ। ਹੈਦਰਾਬਾਦ ਕਾਂਡ ਨੇ ਸਮ੍ਰਿਤੀ ਇਰਾਨੀ ਨੂੰ ਇੰਨਾ ਝੰਜੋੜ ਕੇ ਰੱਖ ਦਿੱਤਾ ਸੀ ਕਿ ਉਹਨਾਂ ਦਾ ਗੁੱਸਾ ਸੱਤਵੇਂ ਆਸਮਾਨ ਤੱਕ ਪਹੁੰਚ ਗਿਆ ਸੀ। ਉਹਨਾਂ ਦੇ ਇਸ ਗੁੱਸੇ ਨੇ ਕਾਂਗਰਸੀ ਸਾਂਸਦ ਮੈਂਬਰ ਦੇ ਕੰਨਾਂ ਵਿੱਚੋਂ ਉਦੋਂ ਕੀੜੇ ਕੱਢ ਦਿੱਤੇ ਜਦੋਂ ਉਹਨਾਂ ਨੂੰ ਆਪਣੇ ਵਿਸ਼ੇ ਤੇ ਬੋਲਣ ਹੀ ਨਹੀਂ ਦਿੱਤਾ ਜਾ ਰਿਹਾ ਸੀ। ਇੱਕ ਨੇਤਾ ਅਭੀ ਅਭੀ ਆਪਣੇ ਸੀਟ ਸੇ ਕਹਿ ਰਹੇ ਹੈ ਦਿਸ ਇਜ਼ ਅ ਨਾਟ ਅ ਪੋਲੀਟੀਕਲ ਇਸ਼ੂ। ਮੁਝੇ ਲਗਾ ਆਪਕੋ ਤਬ ਹੋਣਾ ਚਾਹੀਏ ਜਬ ਅਧੀਰ ਜੀ ਇਸ ਵਿਸ਼ੇ ਪਰ ਬੋਲ ਰਹੇ ਥੇ, ਜਾਣਬੂਝ ਕਰ, ਜੈਸੇ ਕਿ ਬੀਜੇਡੀ ਕੇ ਇੱਕ ਸਾਂਸਦ ਨੇ ਯਹਾਂ ਕਹਾ, ਮਹਿਲਾ ਸਮਾਨ ਮਹਿਲਾ ਸੁਰੱਖਿਆ ਕੇ ਵਿਸ਼ੇ ਕੋ ਕਮਿਊਨਲ ਸਬਜੈਕਟ ਸੇ ਜੋੜਨਾ, ਰਾਜਨੀਤੀ ਕਰਨੇ ਕਾ ਇਸਸੇ ਬੜਾ ਦੁਸਾਹਸ ਮਹਿਲਾ ਕੇ ਨਾਮ ਪਰ ਇਸ ਸਦਨ ਨੇ ਸ਼ਾਇਦ ਹੀ ਕਭੀ ਦੇਖਾ ਹੋਗਾ। ਆਜ ਇੱਕ ਸਾਂਸਦ ਯਹਾਂ ਪਰ ਬੰਗਾਲ ਸੇ, ਮੈਂ ਨਾਮ ਨਹੀਂ ਲੈ ਰਹੀ ਹੂੰ ਮਹੋਦਯ, ਮੰਦਿਰ ਕਾ ਨਾਮ ਲੈ ਰਹੇ ਥੇ, ਇੱਕ ਸਾਂਸਦ ਨੇ ਹੈਦਰਾਬਾਦ ਔਰ ਉਨਾਓ ਕੀ ਜਘਨਯ ਘਟਨਾਓਂ ਪਰ ਆਪਣਾ ਵਕਤਵਯ ਯਹਾਂ ਪ੍ਰਸਤੁਤ ਕੀਆ, ਲੇਕਿਨ ਮਾਲਦਾ ਮੈਂ ਕਿਆ ਹੋ ਉਸ ਪਰ ਚੁੱਪੀ ਸਾਧ ਲੀ। ਪਤਾ ਨਹੀਂ ਹੈ ਤੋ ਜਾ ਕੇ ਪੱਛਮ ਬੰਗਾਲ ਕਾ ਅਖਬਾਰ ਪੜ੍ਹੀਏ। ਜਿਨ ਲੋਗੋ ਨੇ ਰੇਪ ਕੋ ਪੋਲੀਟੀਕਲ ਵੈਪਨ ਕੀ ਤਰ੍ਹਾਂ ਪੰਚਾਇਤ ਕੇ ਚੁਣਾਵ ਮੇਂ ਇਸਤੇਮਾਲ ਕੀਆ, ਆਜ ਜਾ ਕਰ ਵੋ ਯਹਾਂ ਪਰ ਭਾਸ਼ਣ ਦੇ ਰਹੇ ਹੈਂ। ਮੈਂ ਮਹੋਦਯ ਮੈਂ ਕਿਸੀ ਕਾ ਨਾਮ ਨਹੀਂ ਲੈ ਰਹੀ ਹੂੰ, ਮੈਂ ਕਿਸੀ ਕਾ ਨਾਮ ਨਹੀਂ ਲੈ ਰਹੀ ਹੂੰ, ਲੇਕਿਨ ਇੱਕ ਇਸ ਸਦਨ ਕੀ ਸਦਸਯ ਕੇ ਨਾਤੇ ਕੁਝ ਬੋਲਣਾ ਚਾਹਤੀ ਹੂੰ ਔਰ ਆਸ਼ਾਵਾਦੀ ਹੂੰ ਕਿ ਗੌਰਵ ਗੋਗੋਈ ਜੈਸੇ ਪੁਰਸ਼ ਬੈਠ ਕਰ ਥੋੜਾ ਸੁਣ ਲੇ ਕਿਉਂਕਿ ਮੈਂ ਬਿਨਾ ਕਿਸੀ ਕਾ ਨਾਮ ਲੀਏ ਬੋਲ ਰਹੀ ਹੂੰ। ਕਿਆ ਇਹ ਸੱਚ ਹੈ ਕਿ ਸਦਨ ਨੇ ਕੜੀ ਸੇ ਕੜੀ ਕਾਨੂੰਨੀ ਕਾਰਵਾਈ ਕਾ ਪ੍ਰਾਵਧਾਨ ਬਣਾਇਆ, ਸਜ਼ਾਏ ਮੌਤ ਕੋ ਇੰਗਿਤ ਕਰਵਾਇਆ, ਇਹ ਸੱਚ ਹੈ? ਕਿਆ ਇਹ ਸੱਚ ਹੈ ਕਿ ਇਸ ਸਦਨ ਨੇ ਔਰ ਦੂਸਰੇ ਸਦਨ ਨੇ ਸਟਾਪ ਸ਼ਾਊਟਿੰਗ ਐਟ ਮੀ ਫੋਰ ਮਾਈ ਅਬਿਲਿਟੀ ਟੂ ਪ੍ਰੋਫੈਸ ਮਾਈ ਵਿਊਜ਼? ਅਲਾਉ ਮੀ ਟੂ ਫਿਨਿਸ਼ ਵਟ ਆਈ ਵਾਂਟ ਟੂ ਸੇ ਐਜ਼ ਅ ਮੈਂਬਰ। The very fact that you shout here today means that you do not want a woman to stand up and talk about issues that she feels passionate about. Take your seat. You were quiet when in West Bengal the panchayat election rape was used as a political weapon. You were quiet. I would like to hear say today, sir. ਰਾਜਨੀਤੀ ਕਰਨਾ, ਕਿਆ ਇਸਸੇ ਕਿਸੀ ਵੀ ਵਿਕਟਿਮ ਕੋ ਕੋਈ ਸਹਾਇਤਾ ਮਿਲੇਗੀ? ਮੈਂ ਚਰਚਾ ਸਮਾਪਤ, ਸ਼੍ਰੀ ਰੋਡੂਮਲ ਜੀ ਨਾਗਰ, ਦੋ ਤਿੰਨ ਬਾਤੇ ਆਪਕੀ ਅਨੁਮਤੀ ਸੇ ਕਹਿਣਾ ਚਾਹੂੰਗੀ, ਮੁਝੇ ਕਹਿਣੇ ਦੇ। 1023 ਫਾਸਟ ਟ੍ਰੈਕ
के लिए इस सरकार के माध्यम से प्रत्येक राज्य को राशि दी गई, ताकि फास्ट ट्रैक कोर्ट के माध्यम से जो महिला या बच्चे प्रताड़ित हैं उनको न्याय मिले। इस सरकार के माध्यम से प्रत्येक संरक्षण के लिए विमेन हेल्प डेस्क के लिए पैसा दिया गया। ब्यूरो रिपोर्ट, रंगला टीवी।